ਚਿੜੀਆਂ ਮਾਸ਼ਾਅੱਲਾ ਚਾਰੇ ਖੇਲਣੀਆਂ ਸੀਗੀਆਂ ਅਤੇ ਮੈਂ ਦੇਖਿਆ ਹੀ ਆ, ਅਤੇ ਮੈਂ ਕਿਹਾ ਚੱਲ ਵੀਡੀਓ ਬਣਾਉਂਦਾ ਵਾਂ, ਅਤੇ ਉਹ ਚੌਥੀ ਨਹਾਸ ਕੇ ਛੇਤੀ ਛੇਤੀ ਅੰਦਰ ਵੜ ਗਈ। ਉਹਨੂੰ ਪਤਾ ਨਹੀਂ ਕੀ ਹੁੰਦਾ, ਜਿੱਦਾਂ ਹੀ ਮੇਰੇ ਵੱਲ ਧਿਆਨ ਪੈਂਦਾ ਵਾ ਉਹ ਨਹਾਸ ਕੇ ਅੰਦਰ ਚੱਲ ਜਾਂਦੀ, ਮੈਂ ਉਹਨੂੰ ਕੁਛ ਕਹਿੰਦਾ ਵਾਂ। ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਆ, ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਜੁਮਾ ਵਾ, ਲਿਹਾਜ਼ਾ ਤੁਹਾਨੂੰ ਹਰ ਜੁਮੇ ਯਾਦ ਕਰਾਉਂਦਾ ਵਾਂ ਕਿ ਫਲਸਤੀਨ ਦੇ ਮੁਸਲਮਾਨਾਂ ਲਈ ਦੁਆ ਕਰਿਆ ਕਰੋ, ਕਸ਼ਮੀਰ ਦੇ ਮੁਸਲਮਾਨਾਂ ਲਈ ਦੁਆ ਕਰਿਆ ਕਰੋ। ਅਸੀਂ ਦੁਆ ਹੀ ਕਰ ਸਕਦੇ ਹਾਂ, ਹੋਰ ਤਾਂ ਸਾਡੇ ਹੱਥ 'ਚ ਕੁਛ ਹੈ ਨਹੀਂ। ਲਿਹਾਜ਼ਾ ਨਮਾਜ਼ ਪੜ੍ਹ ਕੇ ਦੁਆ ਲਾਜ਼ਮੀ ਕਰਿਆ ਕਰੋ। ਪਰਿੰਦਿਆਂ ਨੂੰ ਖਾਣਾ ਪਾਣੀ ਪਾ ਕੇ ਅਤੇ ਚੁੱਕ ਕੇ ਬਾਹਰ ਆ ਕੇ ਇਹਨਾਂ ਦੀ ਸਫਾਈ ਕਰ ਦਿੰਦਾ ਵਾਂ। ਉਹ ਤੋਂ ਬਾਅਦ ਫਿਰ ਨਹਾ ਧੋ ਕੇ ਜੁਮਾ ਪੜ੍ਹ ਕੇ ਅਤੇ ਫਿਰ ਤੁਹਾਨੂੰ ਮਿਲਦੇ ਹਾਂ। ਅੱਜ ਕੂਲਰ ਚੈੱਕ ਕਰਨਾ ਵਾ, ਚੱਲਦਾ ਕਿ ਨਹੀਂ ਚੱਲਦਾ, ਇਹਦਾ ਸਟੈਂਡ ਬਣਾਉਣਾ ਬਾਹਰ ਆ, ਇਹਨੂੰ ਖਿੜਕੀ 'ਚ ਲਾਉਣਾ। ਏਸੀ ਨਹੀਂ ਚਲਾਇਆ ਜਾਣਾ ਇਸ ਸੀਜ਼ਨ, ਏਸੀ ਵਾਲਾ ਕੰਮ ਟੱਪ ਗਿਆ। ਏਸੀ ਵਿਹਲੇ ਨੇ ਆਉਂਦੇ, ਏਸੀ ਕਿੱਦਾਂ ਚਲਾਉਣੇ ਆ। ਚਿੜੀਆਂ ਮਾਸ਼ਾਅੱਲਾ ਚਾਰੇ ਖੇਲਣੀਆਂ ਸੀਗੀਆਂ ਅਤੇ ਮੈਂ ਦੇਖਿਆ ਹੀ ਆ, ਅਤੇ ਮੈਂ ਕਿਹਾ ਚੱਲ ਵੀਡੀਓ ਬਣਾਉਂਦਾ ਵਾਂ, ਅਤੇ ਉਹ ਚੌਥੀ ਨਹਾਸ ਕੇ ਛੇਤੀ ਛੇਤੀ ਅੰਦਰ ਵੜ ਗਈ। ਉਹਨੂੰ ਪਤਾ ਨਹੀਂ ਕੀ ਹੁੰਦਾ, ਜਿੱਦਾਂ ਹੀ ਮੇਰੇ ਵੱਲ ਧਿਆਨ ਪੈਂਦਾ ਵਾ ਉਹ ਨਹਾਸ ਕੇ ਅੰਦਰ ਚੱਲ ਜਾਂਦੀ, ਮੈਂ ਉਹਨੂੰ ਕੁਛ ਕਹਿੰਦਾ ਵਾਂ, ਡਰਦੀ ਆ ਮੇਰੇ ਕੋਲ, ਉਹ ਆਈ ਜੇ ਬਾਹਰ ਖੇਲਿਆ ਕਰ ਬਾਹਰ ਨਿਕਲ ਕੇ, ਮੈਂ ਤੈਨੂੰ ਕੀ ਕਹਿੰਦਾ, ਨਹਾਸ ਕੇ ਅੰਦਰ ਚੱਲ ਜਾਂਦੀ ਹੈ। ਆ ਤੋਤੇ ਦਾ ਹਿਸਾਬ ਲਾ ਲਓ, ਇਹਦੇ ਤੁਸੀਂ ਕੰਮ ਚੈੱਕ ਕਰੋ। ਇਹਨੂੰ ਮੈਂ ਬ੍ਰੈਡ ਲਿਆ ਕੇ ਪਾਇਆ ਹੁਣ, ਆ ਤਕਰੀਬਨ 5 ਮਿੰਟ ਹੋਏ, ਅਤੇ ਇਹਨੇ ਸਾਰਾ ਚੂਰਾ ਚੂਰਾ ਕਰਕੇ ਆ ਥੱਲੇ ਸੁੱਟ ਛੱਡਿਆ। ਅਮੀਆਂ ਮਿੱਟੂ, ਇਹ ਹੁਣ ਤੋਤੀ ਆ, ਤੋਤੀ ਪਰ ਹੁਣ ਤੋਤੀ ਆ ਜਾਂ ਤੋਤਾ ਵਾ ਕਹਿਣਾ ਤਾਂ ਮੀਆਂ ਮਿੱਠੂ ਹੀ ਜਾਣਾ, ਹੋਰ ਬੰਦਾ ਨੂੰ ਕੀ ਕਵੇ। ਮੀਆਂ ਮਿੱਟੂ ਹੈਲੋ ਹੈਲੋ, ਹੁਣ 3-4 ਲਫ਼ਜ਼ ਬੋਲਣ ਲੱਗ ਪਿਆ। ਸੁਬਹਾ ਜਦੋਂ ਸੁਬਹਾ ਸੁਬਹਾ ਦਾ ਟਾਈਮ ਹੁੰਦਾ ਨਾ, ਉਦੋਂ ਬੋਲ ਰਿਹਾ ਹੁੰਦਾ, ਹੁਣ ਇਹ ਕਹਿੰਦਾ ਵਾ ਹੈਲੋ ਹੈਲੋ, ਮੀਆਂ ਮਿੱਠੂ ਸਿਟੀ ਮਾਰਦਾ ਵਾ, ਅਤੇ ਹੁਣ ਕਹਿੰਦਾ ਵਾ ਮਾਮਾ ਮਾਮਾ, ਅਸੀਂ ਘਰ ਕਹੀਦਾ ਨਾ ਮਾਮਾ, ਅਤੇ ਉਹ ਵੀ ਹੁਣ ਕਹਿੰਦਾ ਮਾਮਾ ਮਾਮਾ, ਇਹਦੇ ਲਾਗੇ ਬਹਿ ਕੇ ਗੱਲਾਂ ਕਰੀਦੀਆਂ, ਹੁਣ ਗੱਲਾਂ ਫਾਲੋ ਕਰਦਾ, ਹੁਣ ਬੋਲਦਾ ਵਾ। ਬਸ ਇਹਨੂੰ ਹੁਣ ਆਦਤ ਨਹੀਂ ਪਾ ਸਕਦਾ ਵਾ, ਮੈਨੂੰ ਸ਼ੱਕ ਪੈਂਦਾ ਇਹਨੇ ਉਂਗਲਾਂ 'ਤੇ ਬਹਿਣ ਵਾਲੀ ਜਾਂ ਮੋਢੇ 'ਤੇ ਬਹਿਣ ਵਾਲੀ ਆਦਤ ਇਹਨੂੰ ਪੈਣੀ ਨਹੀਂ ਹੈ। ਜਾਂ ਤਾਂ ਛੋਟਾ ਹੁੰਦਾ ਨਾ, ਤਾਂ ਫਿਰ ਇਹਨੂੰ ਮੈਂ ਟ੍ਰੇਨ ਕਰ ਸਕਦਾ ਸੀਗਾ, ਹੁਣ ਵੱਡਾ ਵਾ, ਡਰਦਾ ਬਹੁਤ ਆ। ਚਿੜੀਆਂ ਆ ਦੇਖੋ ਮਾਸ਼ਾਅੱਲਾ, ਤੁਸੀਂ ਵੀਡੀਓ 'ਚ ਅੱਜ ਪਹਿਲੀ ਦਫ਼ਾ ਦੇਖੀਆਂ ਹੋਣੀਆਂ ਚਾਰੇ ਬਾਹਰ, ਕਿਉਂਕਿ ਮੈਂ ਵੀਡੀਓ 'ਚ ਕੈਪਚਰ ਪਹਿਲੀ ਦਫ਼ਾ ਕੀਤੀਆਂ ਕਿ ਚਾਰੇ ਬਾਹਰ ਨਿਕਲ ਕੇ ਖੇਲਣ ਦੀਆਂ। ਪਹਿਲੇ ਡਰਦੀਆਂ ਸੀ, ਹੁਣ ਮੈਨੂੰ ਲੱਗਦਾ ਸਾਡੀ ਆਦਤ ਇਹਨਾਂ ਨੂੰ ਹੋਣ ਲੱਗ ਪਈ ਆ, ਹੌਲੀ ਹੌਲੀ ਇਹਨਾਂ ਨੂੰ ਪਤਾ ਲੱਗ ਗਿਆ ਹੁਣ ਸਾਡੇ ਬਾਰੇ, ਹੈ ਨਾ। ਹੁਣ ਇਹਨਾਂ ਨੂੰ ਮੇਰਾ ਪਤਾ ਲੱਗ ਗਿਆ ਕਿ ਨਹੀਂ ਹੈ ਜੀ, ਇਹਦੇ ਕੋਲ ਹੀ ਰਹਿਣਾ ਅਸੀਂ। ਪਹਿਲੇ ਡਰਦੀਆਂ ਸੀ ਸ਼ਾਇਦ, ਮੇਰੇ ਵੀ ਤਦ ਕਰਕੇ ਨਹੀਂ ਸੀ ਇੱਦਾਂ ਖੇਲਦੀਆਂ, ਬਾਹਰ ਨਿਕਲਦੀਆਂ, ਹੁਣ ਖੇਲਦੀਆਂ ਵੀ ਨੇ। ਤੋਤੇ ਦਾ ਕੰਮ ਦੇਖ ਲਓ ਤੁਸੀਂ, ਇਹ ਬਹੁਤ ਗੰਦ ਪਾਉਂਦਾ, ਇਹਦੇ ਗੰਦ ਦਾ ਮੈਂ ਕੀ ਕਰਾਂ, ਇਹ ਬਹੁਤ ਗੰਦ ਪਾਉਂਦਾ। ਮੈਂ ਪਿੰਡ ਗਿਆ ਹੋਇਆ ਸੀਗਾ, ਅੱਜ ਹੀ ਪਿੰਡੋਂ ਵਾਪਸ ਆਇਆ ਵਾਂ, ਅਤੇ ਘਰ ਦੇ ਦੱਸਣ ਦੇ ਸੀਗੇ ਕੱਲ੍ਹ ਇਹਨਾਂ ਨੂੰ ਉੱਥੇ ਬਾਹਰ ਰੱਖਿਆ ਸੀਗਾ, ਅਤੇ ਕੱਲ੍ਹ ਫਿਰ ਇਹਨਾਂ ਨੂੰ ਉਹ ਚੜ੍ਹ ਗਏ ਕੀੜੇ ਜਿਹੇ, ਨਹੱਸ ਕੇ ਆ ਗਏ। ਉਹ ਕੀੜੇ ਪਤਾ ਨਹੀਂ ਕਿੱਥੋਂ ਆ ਜਾਂਦੇ ਆ। ਅੱਜ ਜੁਮਾ ਵਾ, ਅੱਜ ਜੁਮਾ ਸ਼ੁਮਾ ਪੜ੍ਹ ਕੇ ਨਾ ਮੈਂ ਟਰਾਈ ਕਰਾਂਗਾ, ਬਾਅਦ 'ਚੋਂ ਅੱਜ ਜੇ ਕੋਈ ਦੁਕਾਨ ਖੁੱਲ੍ਹੀ ਹੋਈ ਨਾ ਤਾਂ ਕੀੜੇ ਮਾਰ ਦਵਾਈ ਲਿਆ ਕੇ ਇਹਨਾਂ ਨੂੰ ਪਾਣੀ। ਉਹ ਗਈ ਜੀ ਅੰਦਰ ਚੌਥੀ ਫੇਰ। ਚਲੋ ਕੋਈ ਨਹੀਂ, ਇਹਨਾਂ ਨੂੰ ਹੌਲੀ ਹੌਲੀ ਹੁਣ ਮੇਰੀ ਆਦਤ ਨਾ ਪੈਣ ਲੱਗ ਪਈ ਆ, ਹੁਣ ਇਹਨਾਂ ਨੂੰ ਪਤਾ ਲੱਗਣ ਲੱਗ ਪਿਆ ਆ, ਹੁਣ ਬਾਹਰ ਕੱਢਦੀ ਜਿਹੜਾ ਧੋਣ ਆ ਕੇ ਉਹਨਾਂ ਨਾਲ ਖੇਲਦੀ ਵੀ ਆ, ਪਹਿਲੇ ਤਾਂ ਇੰਨਾ ਵੀ ਨਹੀਂ ਸੀ ਕਰਦੀ, ਅੰਦਰ ਹੀ ਰਹਿੰਦੀ ਹੁੰਦੀ ਸੀਗੀ। ਮੀਆਂ ਮਿੱਠੂ ਆਓ, ਮੀਆਂ ਮਿੱਠੂ ਬੋਲ, ਲੋਕਾਂ ਨੂੰ ਵੀ ਦੱਸ ਕੇ ਮੈਂ ਬੋਲਦਾ ਵਾਂ, ਖਾਲੀ ਸਾਨੂੰ ਹੀ ਸੁਣਾਉਣਾ ਹੁੰਦਾ ਬੋਲ ਬੋਲ ਕੇ। ਮੀਆਂ ਮਿੱਠੂ ਸਾਡੇ ਦੇ ਇਹ ਚੋਰ ਹੀ ਲੱਗਾ। ਮੀਆਂ ਮਿੱਠੂ ਬੋਲ, ਗੰਦ ਇਹਦੇ ਕੋਲ ਜਿੰਨਾ ਮਰਜ਼ੀ ਪਵਾ ਲਓ,
ਕੈਮਰੇ 'ਚ ਆ ਕੇ ਨਹੀਂ ਬੋਲਣਾ, ਜੋ ਮਰਜ਼ੀ ਹੋ ਜਾਏ। ਆਹ ਗੰਦ ਵਾਲਾ ਕੰਮ ਦੇਖੋ, ਆਹ ਦੇਖੋ ਪਾਣੀ ਦੇ ਵਿੱਚ ਸਾਰਾ ਕੁਝ ਸੁੱਟ ਛੱਡਿਆ। ਉਹ ਹਰੀ ਮਿਰਚ ਪਾਈ ਸੀ, ਉਹਨੂੰ ਦੋ ਚਾਰ ਟੋਟੇ ਮਾਰ ਕੇ ਅੱਧੀ ਕੁ ਥੱਲੇ ਸੁੱਟਤੀ, ਉਹ ਅੱਧੀ ਕੁੱਤੇ ਪਈ ਆ। ਟਮਾਟਰ ਵੀ ਪੂਰਾ ਜਿਹਾ ਖਾਧਾ। ਹੁਣ ਪਿੰਡ ਗਿਆ ਸੀਗਾ, ਸਹੀ ਤਰ੍ਹਾਂ ਖਿਆਲ ਨਹੀਂ ਰੱਖਿਆ ਗਿਆ। ਅੱਜ ਮੈਂ ਜਾਵਾਂਗਾ ਤਾਂ ਇਹਦੇ ਵਾਸਤੇ ਨਾ ਅਮਰੂਦ ਲੈ ਕੇ ਆਉਂਦਾ ਵਾਂ, ਮਟਰ ਇਹਦੇ ਮੁੱਕੇ ਮਟਰ ਲੈ ਕੇ ਆਉਣੇ ਆ। ਮੈਂ ਕਿਸੇ ਨੂੰ ਪੁੱਛਣਾ ਆ ਗਿਆ, ਜਿਹੜਾ ਦਾਣਾ ਚਿੜੀਆਂ ਨੂੰ ਪਾਈਦਾ ਵਾ, ਕਿਹਾ ਅਸੀਂ ਇਹਨੂੰ ਵੀ ਪਾ ਸਕਦੇ ਹਾਂ। ਅਗਰ ਇਹਨੂੰ ਵੀ ਪਾ ਸਕਦੇ ਹਾਂ ਤਾਂ ਦਾਣਾ ਵੀ ਇਹਦੇ ਵਾਸਤੇ ਪਾ ਕੇ ਰੱਖਿਆ ਕਰਨਾ। ਇਹਦੀ ਆ ਡਿਸ਼ ਜਿਹੀ ਨਹੀਂ ਲੱਭੀ ਮੈਨੂੰ ਥੱਲੇ ਵਾਲੀ, ਡਿਸ਼ ਦਾ ਕੋਈ ਲਾਉਂਦਾ ਹਿਸਾਬ ਜੇ ਡਿਸ਼ ਲੱਭਦੀ ਹੈ ਨਾ, ਅਤੇ ਡਿਸ਼ ਨਾ ਵੀ ਲੱਭੀ ਕਿਤੇ ਕੋਈ ਗੱਤਾ ਜਿਹਾ ਬਣਾ ਕੇ ਲਾਉਂਦਾ ਇਹਨਾਂ ਥੱਲੇ। ਦੇਖੋ ਡਿਸ਼ ਹੈ ਨਾ, ਇਹਨਾਂ ਦੇ ਗੱਦ ਥੱਲੇ ਨਹੀਂ ਪੈਂਦਾ, ਇਹਦੇ ਥੱਲੇ ਡਿਸ਼ ਨਹੀਂ ਹੈ, ਇਹਦਾ ਖਲਾਰਾ ਸਾਰਾ ਥੱਲੇ ਚਲ ਜਾਂਦਾ। ਆਹ ਦੇਖੋ ਇੱਧਰੋਂ ਥੱਲੋਂ ਇਹਦਾ ਸਾਰਾ ਇੱਧਰ ਥੱਲੇ ਚਲ ਜਾਂਦਾ। ਮੈਂ ਹਲੇ ਬੈਠਾ ਸੀ ਇੱਥੇ ਬੈਠਕ 'ਚ, ਮੈਂ ਕਿਹਾ ਜੁੰਮੇ 'ਚ ਟਾਈਮ ਆਇਆ ਵਾ, ਜਦੋਂ 10 ਕੁ ਵਜੇ ਆ ਤਾਂ ਨਹਾਉਂਦੇ ਹਾਂ ਬਾਅਦ 'ਚੋਂ। ਅਤੇ ਪਰਿੰਦੇ ਸ਼ਰਿੰਦੇ ਮੈਂ ਕੱਢ ਕੇ ਬਾਹਰ ਰੱਖਤੇ, ਸਫਾਈ ਸਫੂਈ ਕਰਤੀ ਇੱਥੋਂ ਸਾਰੀ, ਇੱਥੋਂ ਚੁੱਕ ਕੇ ਬਾਹਰ ਲੈ ਗਿਆ, ਸਫਾਈ ਕਰਤੀ। ਅਤੇ ਹੁਣ ਮੈਂ ਬੈਠਕ 'ਚ ਬੈਠਾ ਵਾਂ ਅਤੇ ਬੋਲਣ ਦਿਆ ਵਾ, ਕੀ ਕਹੀ ਜਾਂਦਾ ਹੁਣ, ਹੁਣ ਚੁੱਪ ਕਰ ਗਿਆ। ਮੈਂ ਵੀਡੀਓ ਬਣਾਉਣ ਆਇਆ ਸੀ, ਕਿਉਂਕਿ ਬੋਲਣ ਦਿਆ ਸੀ ਕੁਛ, ਪਤਾ ਨਹੀਂ ਕੀ ਕਹਿਣ ਦਿਆ ਸੀਗਾ, ਮਿੱਠੂ ਮਿੱਠੂ ਕਰਕੇ ਕੁਛ ਕਰਨ ਦਿਆ ਸੀ। ਬੋਲ ਹੁਣ, ਹੁਣ ਸਾਲਾ ਚੁੱਪ ਕਰ ਗਿਆ। ਜਦੋਂ ਇਹ ਦੇਖਦੇ ਨਾ ਇਹਦੇ ਲਾਗੇ ਤਾਂ ਕਿ ਕੋਈ ਨਹੀਂ ਹੈ, ਆਲੇ ਦੁਆਲੇ ਤਾਂ ਕੋਈ ਨਹੀਂ ਗਾ, ਉਦੋਂ ਬੋਲਣਾ ਸ਼ੁਰੂ ਕਰ ਦਿੰਦਾ ਵਾ। ਜਿੱਦਾਂ ਹੀ ਸਾਰੇ ਦੀਆਂ ਨਜ਼ਰਾਂ ਤੋਂ ਉੱਜਲ ਹੁੰਦੇ ਆ ਜਾਂ ਇਹਦੇ ਸਾਹਮਣੇ ਆਉਂਦੇ ਉਹ ਚੁੱਪ ਕਰ ਜਾਂਦੇ, ਨਜ਼ਰਾਂ ਤੋਂ ਉੱਜਲ ਹੋਏ ਤਾਂ ਬੋਲਣਾ ਸ਼ੁਰੂ ਕਰਤਾ, ਸਾਹਮਣੇ ਆਏ ਤਾਂ ਚੁੱਪ ਕਰ ਗਿਆ। ਇਹਨੇ ਚੰਗਾ ਤਮਾਸ਼ਾ ਫੜਿਆ, ਜਦੋਂ ਵੀ ਮੈਂ ਕੈਮਰਾ ਖੋਲ੍ਹਦਾ ਮੈਂ ਚੁੱਪ ਕਰ ਜਾਂਦਾ, ਜਦੋਂ ਮੈਂ ਕੈਮਰਾ ਖੋਲ੍ਹਦਾ ਚੁੱਪ ਕਰ ਜਾਂਦਾ। ਦੇਖੋ ਚੁੱਪ ਕਰਕੇ ਬਹਿ ਗਿਆ ਹੁਣ, ਬੋਲ ਹੁਣ। ਨਹੀਂ ਹੁਣ ਉਹ ਟੀਰੀ ਦੀ ਆਖਣਾ ਦੇਖੇਗਾ ਇੱਧਰ, ਪਰ ਬੋਲੇਗਾ ਨਹੀਂ। 2-3 ਦਿਨ ਹੋ ਗਏ ਤੋਤੇ ਦੇ ਮਟਰ ਦੇ ਅਮਰੂਦ ਮੁੱਕੇ ਸੀਗੇ, ਮੈਂ ਕਿਹਾ ਉਹ ਜਾ ਕੇ ਲਿਆ ਵਾਂ, ਨਾਲੇ ਆ 2 ਤੋੜੇ ਜਿਹੜੇ ਦਾਣਿਆਂ ਦੇ ਇਹ ਵੀ ਪਿੰਡੋਂ ਲੈ ਕੇ ਆਇਆ, ਉਹ ਹੁਣ ਕੱਢ ਕੇ ਇੱਦਾਂ ਅੰਦਰੋਂ ਬਾਹਰ ਰੱਖ ਲੈਂਦੇ ਹਾਂ। ਇੱਥੇ ਇਹਨਾਂ ਨੂੰ ਅਕਸਰ ਕੀੜੇ ਪਹੁੰਚ ਜਾਂਦੇ ਨੇ, ਹੁਣ ਇਹਨਾਂ ਦਾ ਮੈਂ ਸੋਚਣ ਲਿਆ ਕਿ ਇੱਥੇ ਇਹਨਾਂ ਨੂੰ ਨਾ ਆਪਣਾ ਪੱਕਾ ਸਾਹਮਣੇ ਦੀਵਾਰ ਦੇ ਨਾਲ ਕਰਾਂਗਾ ਸੈੱਟ, ਤਾਂ ਕਿ ਕੀੜੇ ਨਾ ਚੜ੍ਹ ਸਕਣ। ਉੱਤੋਂ ਕੀੜਿਆਂ ਦੀ ਕੀੜੇ ਮਾਰ ਦਵਾਈ ਲਿਆ ਕੇ ਇਹਨਾਂ ਨੂੰ ਪਾ ਦੇਣੀ ਆ, ਮਰਦੇ ਆ ਤਾਂ ਕੀੜੇ ਮਰ ਜਾਣ। ਹੁਣ ਮੈਂ ਆਪਣੇ ਪਰਿੰਦੇ ਤਾਂ ਨਹੀਂ ਨਾ ਮਰਵਾਉਣੇ ਉਹਨਾਂ ਦੇ ਹੱਥੋਂ। ਮਟਰ ਅਤੇ ਅਮਰੂਦ ਲਿਆਉਣੇ ਸੀ ਘਰੋਂ ਨਿਕਲਣ ਲੱਗਿਆਂ, ਘਰ ਦੇ ਨੇ 4 ਛਾਵਾਂ ਹੋਰ ਗਣਾਤੀਆਂ ਜੀ, ਦੁੱਧ ਵੀ ਲਿਆਉਣਾ ਵਾ, ਆੜੂ ਵੀ ਲਿਆਉਣੇ ਆ, ਪਾਣੀ ਵੀ ਲਿਆਉਣਾ ਵਾ, ਉਹ ਲੱਗਦੇ ਹੱਥ। ਮੈਂ ਕਿਹਾ ਚਲੋ ਉਹ ਵੀ ਲਿਆਵਾਂ, ਉਹ ਹੁਣ ਇੱਕੋ ਫੇਰੇ ਜੀ ਲਿਆਇਆ ਸਾਰਾ ਕੁਛ, ਅਤੇ ਆਹ ਚੈੱਕ ਕਰੋ ਪਾਣੀ ਉਹ ਪਾਣੀ ਆ ਸਾਰਾ ਥੱਲੇ ਤੱਕ, ਪਾਣੀ ਤਾਂ ਆ ਗਿਆ ਅਤੇ ਮੈਂ ਪਾਣੀ ਉਹ ਪਾਣੀ ਹੋ ਗਿਆ। ਮੈਂ ਅੰਦਰ ਬੈਠਾ ਆਰਾਮ ਨਾਲ ਗੇਮ ਖੇਡਣ ਲਿਆ ਸੀਗਾ, ਕੀੜੇ ਕਰਕੇ ਫਿਰ ਹਮਲਾ, ਤੋਤਾ ਚੁੱਕ ਕੇ ਅਤੇ ਉਹ ਦੇਖੋ ਚੁੱਕ ਕੇ ਅਤੇ ਫਿਰ ਰਸਤਾ ਪਿੱਛੇ ਉਹਦੀ ਜਗ੍ਹਾ 'ਤੇ, ਚਿੜੀਆਂ ਹਾਲੇ ਇੱਥੇ ਹੀ ਨੇ। ਲਿਹਾਜ਼ਾ ਅੱਜ ਦੀ ਵੀਡੀਓ ਮੈਂ ਇੱਥੇ ਹੀ ਕਰ ਰਿਹਾ ਖਤਮ, ਕਿਉਂਕਿ ਮੈਂ ਫਿਰ ਹੁਣ ਜਾਂਦਾ ਵਾਂ, ਜਾਗਣਾ ਮੈਂ ਕੀੜੇ ਮਾਰ ਦਵਾਈ ਲੈ ਕੇ ਆਉਂਦਾ ਵਾਂ, ਕੀੜਿਆਂ ਦਾ ਕਰਦਾ ਵਾਂ ਪੂਰਾ ਹੱਲ। ਲਿਹਾਜ਼ਾ ਮੈਨੂੰ ਦਿਓ ਇਜਾਜ਼ਤ, ਅਗਰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਲਾਈਕ ਕਮੈਂਟ ਕਰਕੇ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਅੱਲਾ ਹਾਫਿਜ਼।